ਕਹਿੜੇ ਆ ਨਾ ਵਿਊ ਜਾ ਯਾਰ ਅੱਗੇ ਜੀ ਮੈਨੂੰ ਲੱਗਣ ਦਾ ਇੱਕ ਗੱਲ ਨਹੀਂ ਬਣੀ ਓਹ ਦੇਖੀ ਓਏ ਇਹ ਮਿੱਤਰਾ ਓਏ ਕੀ ਕਰਦਾ ਓਏ ਦਿਖਣਾ ਬੰਦ ਓਏ ਯੈਸ जेड़ा मीटर लवाया ना डिजिटल लवाया ही गोडे पसा के बह गया गोडे स्टार्टिंग होगी ऋषिकेश की सरपंच होदा मूत निकल गया पहला ही बंद भी करता सरपंच पता कि डरन डिया वा और पैरां नूं पा के की रस्सा जिहा पा के ठाण सुटना सरपंच करना ही आ पंज गाड़ जाओ है तू मामा शेरे दा भरा बंदा जाना वो भी बड़ा डरदा इन्हां चीजां तों हाए हाए ओए हाए भाजी पाला पाला सुन गर्मी यार ना नींबू पानी पी नींबू पानी हाँ तो पी नींबू पानी पीने तेनू की करना अगे ਪਾਣੀ 'ਚ ਬਾਹਰ ਹੀ ਨਿਕਲਣਾ ਆਪਾਂ ਨੇ ਪਾਣੀ ਨਹਿਰ ਤਾਂ ਸੁੱਕੀ ਪਈ ਮਾਮਾ ਆਈਡੀ ਤੇ ਘੈਂਟ ਹੈ ਨਾ ਵਿਊ ਜਾ ਯਾਰ ਮੈਨੂੰ ਬੜਾ 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 ਜ਼ਿਆਦਾ ਨਜ਼ਾਰਾ ਆਉਂਦਾ ਯਾਰ ਇੱਥੇ ਜਾ ਕੇ ਤੋ ਨਿੰਬੂ ਪਾਣੀ ਪਿਆਓ ਯਾਰ ਆਜੋ 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 ਜਿਨ੍ਹਾਂ ਦੇ ਪੇਟ ਖਰਾਬ ਆ ਉਹ ਪੀ ਲੈਣ ਜਲ ਜੀਰਾ ਅਸੀਂ ਪੀਵਾਂਗੇ ਨਿੰਬੂ ਪਾਣੀ ਸਾਡੇ ਪੈ ਜੀ ਗਰਮੀ ਥੋੜ੍ਹੀ ਥੋੜ੍ਹੀ ਮਿੱਠੀ ਮਿੱਠੀ ਆਹ ਦੇਖੋ ਜਲ ਜੀਰਾ ਫਿਰ ਆਉਂਦਾ ਜਲ ਜੀਰਾ ਉਸਤਾਦ ਜੀ ਲਓ ਜੀ ਉਹਨੂੰ ਕਹਿ ਭਾਜੀ ਉਧਰ ਬੈਠੇ ਦੋਨੋਂ ਪੇਟ ਖਰਾਬ ਵਾਲੇ ਲੈ ਉਸਤਾਦ ਸਨੀ ਪਾ ਹਾਂਜੀ ਜੀ ਥੈਂਕ ਯੂ ਜੀ ਤੁਸੀਂ ਲਓ ਪਹਿਲਾਂ नहीं नींबू पानी पीना यार अंकल तीन नींबू पानी थे नींबू पानी की जल जीरा है नींबू पानी थे जल जीरा लो कोई नहीं पी लेते किदां भाजी ऐसे मत देखो आपको मिलेगा आपकी बारी आएगी हैं पेट खराब है नहीं नींबू पानी जल जीरा है जल जीरा है पैर सामने है ना हां वो बंदा वा जेड़े सारे काम कर लिंदा मैं टेंट भी लाउंदा रहा मैं नींबू पानी भी बनाउंदा रहा मैं बर्फ भी पाउंदा रहा मैं बर्फ भी तोड़दा रहा मैं व्हील भी पाउंदा रहा यार सौ रुपये ना बना दी गुरु है ना सारे रब बाद अंकल नींबू तो खत्म है नींबू है ना आ की पिया टोकरी ਰੱਜਿਆ ਜਿਆਦਾ ਨਿੰਬੂ ਟੈਂਡਾ ਇਹਨੂੰ ਕੀ ਹੋ ਗਿਆ ਆ ਸੋਖਿਆ ਜਿਆਦੀ ਖਾ ਲਈ ਇਹਦਾ ਕਮਾਲ ਹੀ ਏ ਇਹ ਸ਼ਾਇਦ ਇਹ ਚੀਜ਼ ਹੋਰ ਖਾਦੀ ਕੋਈ ਇਹਦਾ ਗਲਤ ਚੀਜ਼ ਖਾਇਆ ਤੇ ਮਰਸਾ ਨਾ ਉਹਦੇ ਨਾਲ ਪਤਾ ਲੱਗਿਆ ਨਿੰਬੂ ਕਿੱਥੇ ਪਿਆ ਪੁੱਛ ਲੈ ਕਿੰਨੇ ਨਿੰਬੂ ਪਾਉਣੇ ਆ ਕਿੰਨੇ ਇੱਕ ਜਿਆਦਾ ਖੱਟਾ ਨਾ ਜੋ ਇੱਕ ਨਾ ਇਹ ਜੀ ਤੂੰ ਮਾਰ ਗਲਾਸ ਨਾ ਤੋੜ ਦਿਓ ਆਹ ਦੇਖੋ ਇਹ ਮੈਂ ਵੇਸਟ ਨਹੀਂ ਕਰਨਾ ਇਹ ਮਾਰ ਕੇ ਅੰਦਰ ਇੱਕ ਹੋਰ ਨਿਕਲਾ ਬੋਲ चीनी 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 ठंड भी नहीं होती चीनी होती नमक पा रहे सिगरेट मसाला इनका ਉਹ
ਕੀ ਡਲ ਗਿਆ ਕਿ ਆਪਾਂ ਨੂੰ ਕੀ ਖਾਂਦੇ ਇੰਡੀਆ ਮਸ਼ੀਨਾਂ ਕਿਉਂ ਗੁਰੀ ਭਾ ਹੈ ਧਾਗੇ ਵਾਲ ਬੁਲ ਕੇ ਬਾਹਰ ਨੂੰ ਆਏ ਨੇ ਦੇਖਣ ਅੰਕਲ ਉੱਪਰ ਨਾਲ ਪਾਉ ਬੜਾ ਨਾ ਮਾਰ ਦਿੰਦਾ ਬਿੰਨੇ ਦੇ ਧਾਗੇ ਖਾਏ ਨੇ ਉਹਦੇ ਧਾਗਾ ਖਾਦਾ ਸ਼ਰੇਰ ਕੇ ਦੇ ਫਿਰ ਗੱਲ ਬੰਨੀ ਉਹ ਨਹੀਂ ਫੈਂਟਿੰਗ ਹੈ ਮਨਾ ਬੱਚੇ ਤੇਰਾ ਇਹ ਦੇਖੋ ਬੱਚੇ ਸਾਰਾ ਥਲੇ ਡੋਲਦਾ ਤੇ ਪੈਂਦੀ ਆ ਅੱਧਾ ਜਿਹੜਾ ਪਾਣੀ ਨੇ ਮੇਰਾ ਖਰਾਬ ਕਰਤਾ ਗੁਰੂਆ ਅੰਕਲ ਵੀ ਆਂਦਾ ਨਾ ਕਿੱਥੋਂ ਆ ਗਿਆ ਬਲਾਵਾ ਇਹ ਕਿੱਦਾਂ ਬਣਿਆ ਅੰਕਲ ਜੀ ਬਰਫ਼ ਪਾ ਥੋੜੀ ਜਿਹੀ ਬਰਫ਼ ਘੱਟ ਆ ਠੰਡਾ ਘੱਟ ਆ ਠੰਡਾ ਠਾਰ ਕਰ ਦੋ ਨਾ ਕਰਨ ਕਰਦੇ ਰਹੋ ਚਾਹੇ ਪੀ ਛੋਟੇ ਨਾ ਕਰ ਦਿਓ ਇੱਧਰ ਪਾ ਦੇ ਇੱਧਰ ਪਾ ਦੇ ਅੰਕਲ ਦੇ ਕੰਮੋਂ ਵੀ ਜਾਣ ਉਹ ਜਿੱਥੇ ਪੈਰਸ ਦੀ ਵੀਲਾਂ ਵਾਲੀ ਦੁਕਾਨ ਨਹੀਂ ਆ ਉੱਥੇ ਗੁਰਿਸਤਾਨ ਦੇ ਇੱਕ ਆਪਾਂ ਚਾਹ ਵਾਲੀ ਦੁਕਾਨ ਖੋਲ ਦਈਏ ਤੇ ਇੱਕ ਨਿੰਬੂ ਪਾਣੀ ਵਾਲੀ ਖੋਲ ਦਈਏ ਦੋਵੇਂ ਚੱਲ ਜਾਣੀਆਂ ਨੇ ਹੈਂ ਅੰਕਲ ਵੀ ਕਹਿੰਦਾ ਨਾ ਕੰਮ ਚੰਗਾ ਕਰਦਾ ਰਿਹਾ ਪਹਿਲਾਂ ਇਹ ਤੁਸੀਂ ਪੀ ਲਿਆ ਸਾਰਿਆਂ ਨੇ ਬੜਾ ਸਵਾਦ ਜੇ ਦੁਆ ਮੈਂ ਕਹੀ ਜਾਂਦਾ ਬਸ ਟੂ ਮੱਚ ਟ੍ਰੈਫਿਕ ਪੈਰਸ ਬਾ ਇਹ ਰੋਡ ਕਿਧਰ ਨਹੀਂ ਜਾਣ ਡਿਆ ਬੱਲਾ ਮੇਰੀ ਬਾ ਮੌਸਮ ਬੜਾ ਘੈਂਟ ਹੋ ਗਿਆ ਯਾਰ ਇਹ ਹੁਣ ਇੱਕ ਬਾਤ ਨੋਟਿਸ ਕਰੀ ਭਾਜੀ ਜਹਾਂ ਵੀ ਹਮ ਜਾਤੇ ਹੈ ਜੋ ਧੂਪ ਹੋ ਕੁਛ ਵੀ ਹੋ ਜਬ ਹਮ ਪਹੁੰਚ ਰਹੇ ਹੋ ਤੇ ਮੌਸਮ ਠੀਕ ਹੋ ਜਾਤਾ ਹੈ ਸਹੀ ਗੱਲ ਕਿਰਪਾ ਰੱਬ ਦੀ ਮੋਰਨੀ ਗਏ ਵਹਾਂ ਸਹੀ ਹੋ ਗਿਆ ਸਹੀ ਗੱਲ ਸ਼ਿਮਲਾ ਗਏ ਵਹਾਂ ਅੱਛਾ ਹੋ ਗਿਆ ਸ਼ਿਮਲਾ ਸੇ ਆਕੇ ਗਏ ਵਹਾਂ ਅੱਛਾ ਹੋ ਗਿਆ ਪਿਆ ਦੇ ਬੜਾ ਘੈਂਟ ਬਣ ਗਿਆ ਨਾ ਮੌਸਮ ਹੁਣ ਇੱਥੋਂ ਬਾਬਾ ਜੀ ਕਿਰਪਾ ਉਹ ਦੇਖੋ ਬਵੰਡਰ ਉੱਠਾ ਭਾਜੀ ਬਵੰਡਰ ਓਹੋ ਦੇਖੀ ਓਏ ਇਹ ਮਿੱਤਰਾ ਓਏ ਕੀ ਕਰਦਾ ਓਏ ਦਿਖਣਾ ਬੰਦ ਹੋ ਗਿਆ ਭਾਜੀ ਰੋਕ ਦੋ ਗੱਡੀ ਓਏ ਰੋਕਣਾ ਭਰਾਵਾ ਲੈ ਜਾ ਇੱਥੋਂ ਹੋਰ ਨਾ ਵੱਡੇ ਪੇ ਸੱਚੀ ਮੌਸਮ ਘੈਂਟ ਹੋ ਗਿਆ ਵਾ ਜਿਆਦਾ ਨਾ ਕਦੇ ਘੈਂਟ ਹੋ ਜੇ ਆਪਣਾ ਪ੍ਰੋਗਰਾਮ ਹੋ ਗਿਆ ਕੈਂਸਲ ਮੀਂਹ ਬਹੁਤ ਜ਼ਿਆਦਾ ਪੈਣ ਡਿਆ ਪਿਆ ਸੀ ਤੇ ਹਨੇਰੀ ਚੱਲਣ ਡਈ ਤੇ ਆਪਾਂ ਕੀ ਕਰਨਾ ਹੁਣ ਕਿਹੜੀ ਕਰਨੀ ਸੀ ਕਲਿਫ ਜੰਪਿੰਗ ਜਾਂ ਕਲਿਪ ਕਰਤੀ ਕੈਂਸਲ ਆ ਜਿਹਨੇ ਰੱਬ ਜੋ ਕਰਦਾ ਚੰਗਾ ਕਰਦਾ ਸਰਪੰਚ ਨੇ ਪਹਿਲਾਂ ਡਰੇ ਫਿਰਦੇ ਅਸੀਂ ਕਰਨੀ ਨੀ ਆ ਅਗਲੀ ਵਾਰ ਸਹੀ ਤੇ ਆਪਾਂ ਚੱਲਦੇ ਹਾਂ ਹਰਿਦੁਆਰ ਚਲੋ ਬਈ ਮਤਰੋ ਹਰ ਕੀ ਨਗਰੀ ਮੀਂਹ ਵਾਲੀ ਤੇ ਹੱਦ ਹੀ ਹੋ ਗਈ ਹੈ ਇੱਕਦਮ ਹੀ ਆ ਗਿਆ ਨਾ ਕਿੱਡਾ ਸੋਹਣਾ ਗਰਮੀ ਕਿੰਨੀ ਲੱਗਣ ਡੀ ਕਿੰਨਾ ਗਰਮ ਜਿਹਾ ਮੌਸਮ ਅਸੀਂ ਇੱਕਦਮ ਹੀ ਪੈਣ ਡਿਆ ਪਿਆ ਵੀ ਮੌਸਮ ਇੰਨਾ ਕੁ ਜ਼ਿਆਦਾ ਖਰਾਬ ਹੈ ਕੰਮ ਗਲਿਓ ਕਰੀ ਹੋ ਗਿਆ ਹੈ ਗਲਿਓ ਕਰੀ ਵਿਜ਼ੀਬਿਲਿਟੀ ਜ਼ੀਰੋ ਹੋ ਗਈ ਭਾਈ ਬਹੁਤ ਜ਼ਿਆਦਾ ਹੀ ਮੌਸਮ ਖਰਾਬ ਹੋ ਗਿਆ ਤੇ ਡਿਵਾਈਡ ਕਰ ਦੇ ਤੈਨੂੰ ਪਾਣੀ ਜ਼ਿਆਦਾ ਉੱਤੇ ਨਾ ਜਮਾ ਹੀ ਲੱਗ ਗਿਆ ਨਾ ਆਪਾਂ ਹਰੀ ਵੀ ਤੋਂ ਹਰੀ
एक साइड कम से कम 25-30 फुट और एक साइड ऐसे 10 फुट चौड़ी, एक साइड 15 फुट चौड़ी ऐसी, वो देखो वो जी देखो जी की क्या हरिद्वार पहुंच चुके हैं। बहुत ही यारी तगड़ी मार्केट मेनू वेखन मिलन दी है। मैं चाहना गड्डी तुसीं लाओ कितने साइड ते आप तुर के मेला वेखिए। अपने वीर भरा कई बहुत कमेंट करते भाई हिंदी बोलिया करो तुर के वेने मिलना नजारा मठा 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 मीह पैन डिया ਨਜ਼ਾਰੇ ਬੜੇ ਹੋਣੇ ਮੀਂਹ ਦੇ ਵਿੱਚ ਮੱਠੇ ਮੱਠੇ ਭਿੱਜ ਕੇ ਨਾ। ਲਓ ਵੀ ਮੁੰਡਾ ਹੋਟਲ ਪਹੁੰਚ ਚੁੱਕਿਆ ਨਾ, ਕਮਰਾ ਲੈ ਲਿਆ ਨੇ। ਓ ਵਾਓ ਪੈਰ ਸਪਾ ਵਾਓ ਵਾਹ ਗੁਰੀ ਉਸਤਾਦ ਜੀ ਵਾਹ। ਮੈਂ ਫੜੀ ਕੈਮਰਾ ਛਾਲ ਤੇ ਮਾਰ ਕੇ ਰੱਖਾ, ਮੈਂ ਗੰਦੇ ਪੋਲਿਆ ਵੇ ਜੋ ਉੱਧਰ ਪਸਵਾ ਜੋ। ਓਏ ਹੋਏ ਯੈਸ ਬਾਲੇ ਪੋਲੇ ਗੰਦੇ ਗੁਰੀ ਭਾ। ਉਹ ਦੇਖਿਓ ਬੈਡ ਦੇ ਆਵਾਜ਼ਾਂ ਲੱਗ ਗਈ ਕੱਟ ਰਹੇ ਹੋ। ਆ ਬੈਡ ਚਾਹੀਦੇ ਮੈਨੂੰ ਆ ਇਹਦੇ ਉੱਥੇ ਤੇ ਗੁਰਾ ਮੇਰਾ ਲੱਕ ਭੱਜ ਗਿਆ ਸੀ। ਤੇ ਭੱਜ ਕਿੱਥੇ ਆ ਸਰਪੰਚ ਭਾਜੀ? ਆਓ ਪਤਾ ਹੀ ਇਹ ਕੀ ਜਗ੍ਹਾ ਹੋਣਗੀ ਤੋਂ ਆਤੀ ਪਹਿਲੇ ਆਉਂਦਾ ਮੂਤਰ ਵੜ ਗਿਆ ਸਰਪੰਚ। ਬਾਥਰੂਮ ਦੋਗੇ ਕਿਆ? ਇਹ ਕੀ ਭਾਜੀ? ਓ ਆਹ ਸੋਣਾ ਗਲਤ 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 ਕੰਮ ਨਹੀਂ ਕਰਨਾ। ਮਾਂ ਜਰਾ ਨੂੰ ਮੋਟਾ ਕੀਤਾ। ਆ ਜੋ ਉਸਤਾਦ ਜੀ ਸੋਫੇ ਬੈਠੋ। ਆ ਕੰਮ ਵਧੀਆ ਕੀਤਾ ਉਸਤਾਦ। ਹਾਂ ਇਹ ਮੈਂ ਸਾਰੇ ਇੱਕ ਹੀ ਰੂਮ ਵਿੱਚ ਆ ਗਏ। ਹੈ ਵਾਈਫਾਈ ਚੱਲਦਾ ਨਹੀਂ ਜਰਾ। ਵਾਈਫਾਈ ਰੇਂਜ ਤੇ ਹੋਣੀ ਆ ਪਰਲੇ ਪਾਸੇ ਕੀ ਆ? ਪਰਲੇ ਪਾਸੇ ਭਾਜੀ ਮੇਰੇ ਬੰਦ ਹੀ ਹੈ ਮੇਰੇ ਨਾਲ ਕੰਮ। ਯਾਰ ਜੀ ਨਦੀ ਵਾਲੇ ਪਾਸੇ ਆਪਣਾ ਕਮਰਾ ਮਿਲ ਜਾਂਦਾ ਨਾ ਕਿਤੇ। ਮਾਰਕੀਟ ਹੈ ਭਾਜੀ, ਮਾਰਕੀਟ ਹੀ ਹੈ। ਚੱਲ ਕੋਈ ਨਹੀਂ, ਨਦੀ ਇਹਨਾਂ ਨੂੰ ਜਾ ਕੇ ਵਿਖਾਵਾਂਗੇ। ਗੰਗਾ ਜੀ, ਗੰਗਾ ਜੀ ਯਾਰ ਉਹ ਜਿੱਥੇ ਜਿੱਥੇ ਘਰ ਦੇ ਵਿੱਚ ਪਾਣੀ ਇਤਰੇ ਫਿਰਦਾ ਉਹ ਚੀਜ਼ ਸੀਨ ਮੈਨੂੰ ਬੜਾ ਘੈਂਟ ਲੱਗਾ ਯਾਰ। ਲਿਆਓ ਫਿਰ ਰੂਮ ਕੱਢੋ ਸਮਾਨ ਆਪਣਾ। ਇਹ ਭਾਜੀ ਸਹੀ ਹੋ ਗਿਆ ਨਾ, ਨਹੀਂ ਤਾਂ ਨਾ ਅਲੱਗ ਅਲੱਗ ਰਹਿਤੇ ਫਿਰ ਨਾ ਮਜ਼ਾ ਆਤਾ। ਫਿਰ ਅਭੀ ਸਮੇਂ ਸਰ ਨਾ ਸਾਰੇ ਜੋ ਕਰ ਰਹੇ ਹੈ ਸਭ ਇੱਕ ਦੂਸਰੇ ਸਾਹਮਣੇ ਕਰਨਾ ਪੜੇਗਾ। ਕੰਮ ਕਰ ਰਹੇ ਨਾ ਤੁਸੀਂ ਦੋ ਦੋ ਜਿਹੜੇ ਹੋ ਗਏ। ਮੈਂ ਤਿੰਨਾਂ ਜਿਹੜਾ ਨਾ ਬੈਡ ਹੈ ਦੋ ਬੰਦੇ ਹੁੰਦੇ ਆ ਤੇ ਇੱਕ ਬੰਦਾ ਸੀ ਜਿਹੜਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ। ਨਹੀਂ ਚਲੋ ਗਲਤ ਕੰਮ ਦੱਸੋ ਕੌਣ ਕਰਦਾ ਉਹ ਲਪੇਟਦਾ ਨਾ ਉਹ ਕੋਈ ਚੱਕਰ ਨਹੀਂ। ਆ ਜਾਓ ਤੁਹਾਨੂੰ ਗੰਗਾ ਨਦੀ 'ਚ ਇਸ਼ਨਾਨ ਕਰਾ ਕੇ ਲਿਆਓ। ਛੇ ਸੱਤ ਵਜੇ ਆਂਦੇ ਆ ਲਾਈਟਾਂ ਹੁਣੇ ਲਾਈਆਂ ਆਪਣੇ ਸਵਾਗਤ ਚ ਤੇ ਪੈਰ ਸਪਾ ਆ ਕੀ ਲਿਆ ਬੈਗ ਚੱਕਣਾ ਨਾ ਉਹ ਸਮਾਨ ਹੈ ਭਾਜੀ। ਆਪਾਂ ਗੱਡੀ ਤਾਂ ਨਹੀਂ ਜਾਣਾ, ਆਪਾਂ ਜਾਣਾ ਤੁਰ ਕੇ। ਆਪਾਂ ਪੈਦਲ ਜਾਵਾਂਗੇ ਮੈਂ ਬੈਗ ਜਾਂ ਫਿਰ ਆਪਾਂ ਕਰਾਵਾਂਗੇ ਆਟੋ। ਨਹੀਂ ਨਹੀਂ ਪਹਿਲੇ ਪੈਦਲ ਫਿਰ ਆਟੋ ਫਿਕਸ ਕਰਾਂਗੇ। ਚਲੋ ਆਜੋ ਫਿਰ। ਪੈਰੀ ਭਾ ਮਾਡਰਨ ਹੋ ਗਿਆ, ਲਫਾਫੇ 'ਚ ਸਮਾਨ ਸਾਰਾ ਕੱਢ ਕੇ ਬੈਗ 'ਚ ਪਾ ਲਿਆ ਹੈ। ਇਹ ਆ ਕੇ ਮੋਢੇ 'ਤੇ ਪਾਉਣਾ ਸੌਖਾ ਨਾ। ਚਲ ਆਜੋ ਫਿਰ ਯਾਰ ਮੇਲਾ ਵੇਖੀਏ। ਮੈਂ ਪੈਰਸ ਇੰਨੇ ਰਸ਼ ਦੇ ਵਿੱਚ ਨਾ ਮੈਂ ਬੜੇ ਟਾਈਮ ਬਾਅਦ ਘੁੰਮਿਆ ਸੀ। ਮੈਂ ਨਾ ਜਾਂ ਅਨੰਦਪੁਰ ਸਾਹਿਬ ਦੇ ਮੇਲੇ ਜਾਂਦਾ ਹੁੰਦਾ ਸੀ ਨਾ ਜਦੋਂ, ਹਾਂਜੀ ਹਾਂਜੀ, ਉੱਥੇ ਅਸੀਂ ਘੁੰਮਦੇ ਰਹੇ 2012 ਤੋਂ ਲੈ ਕੇ 2016 ਤੱਕ ਮੇਲਾ ਵੇਖਿਆ ਅਨੰਦਪੁਰ ਸਾਹਿਬ ਦਾ। ਉੱਥੇ ਭੀੜ ਭੜੱਕਾ ਬਹੁਤ ਹੁੰਦਾ, ਇੱਦਾਂ ਬੜਾ ਨਜ਼ਾਰਾ ਹੁੰਦਾ। ਇੱਧਰ ਵੀ ਦੇਖੋ ਇਹੀ ਹਾਲ ਹੈ ਭਾਜੀ, ਔਰ ਇੱਧਰ 24 ਘੰਟੇ ਸਿਰ ਦਾ ਪੂਰਾ 12 ਮਹੀਨੇ। ਪੈਰ ਕਿੱਥੇ ਗਿਆ ਗੁਰੂਆ? ਹਵਾ ਇੰਨੀ ਤੇਜ਼ ਆ ਜੀ, ਮੇਰੀਆਂ ਮੁੱਛਾਂ ਚੁੱਕੀਆਂ ਗਈਆਂ ਤਾਂ। ਮੈਂ ਨਾ ਬੜੇ ਟਾਈਮ ਬਾਅਦ ਆਈਆਂ ਰਾਸ਼ ਗੁਰੂ ਜੀ ਰਹਿਣ ਜੀ ਮੇਲਾ ਹੈ। ਮੇਲੇ ਤੋਂ ਬਾਅਦ ਬੰਦਾ ਅੱਜ ਨਹਾ ਲਿਆ ਹੋਗਾ ਆਪਣੀ ਕਿਸਮਤ, ਆਪਣੇ ਸਿਰ ਕੇ ਸਾਈਜ਼ ਦਾ ਹੈ ਨਹੀਂ ਰਮਾਨ। ਆਪਣੀ ਕਿਸਮਤ ਚੰਗੀ ਕਿ ਅੱਜ ਉਹ ਦਿਨ ਵੀ ਕਿਹੜਾ ਵਾ? ਬੁੱਧ ਪੂਰਣਿਮਾ। ਬੁੱਧ ਪੂਰਣਿਮਾ ਤੇ ਅੱਜ ਆਪਾਂ ਕਰਮਾਲੇ ਆ ਕੇ ਜਿਹੜੇ ਆਪਾਂ ਇਸ਼ਨਾਨ ਕਰਨ ਲੱਗੇ ਇੱਥੇ। ਚਲੋ ਆਜੋ ਫਿਰ, ਚਲੋ ਸ਼ਾਹ ਮਿਕਸ ਕਰਦੇ ਸਾਰਾ ਕੁਝ। ਠੀਕ ਹੈ ਠੀਕ ਹੈ, ਬੜੀ ਭੁੱਖ ਲੱਗੀ, ਬੜੀਆ ਬਣਾਈਓ, ਬਹੁਤ ਜ਼ਿਆਦਾ ਭੁੱਖ ਲੱਗੀ, ਸੌ ਲੱਗੇ ਕਿਆ ਪਲੇਟ ਲਈ ਆ? ਮੁੱਠੀਆਂ ਭਰ ਲਈਆਂ ਤੇ 10 ਰੁਪਈਆ ਸਮਾਨ ਲੈਣਾ ਵੇਖੋ।
ਭਰਾ ਤੈਨੂੰ ਪੈਸੇ ਵੱਧ ਦੇ ਕੇ ਜਾਊਂਗਾ ਕਿੰਨਾ ਸਮਾਨ ਤੇਰਾ ਨਾਲ ਲੈ ਲਿਆ ਉਦਾਂ ਹੀ ਆਹ ਸਰਪੰਚ ਨੇ ਕਿੱਦਾਂ ਮੂੰਹ ਮਾਰ ਡੇ ਮਾਮਾ ਪੈ ਜਾਣਾ ਆਪਣੀ ਜਿਹੜੀ ਮੁੱਠ ਭਰੀ ਹੋਈ ਖਾਂ ਸਾਰੇ ਸਣੀ ਪਾ ਸਾਰੇ ਰਲੇ ਜੇ ਸ਼ਾਟ ਇਹਨਾਂ ਨੇ ਚੁੱਕਿਆ ਨਾ ਥੋੜਾ ਥੋੜਾ ਸਮਾਨ ਦੇ ਪੈਸੇ ਵੀ ਕੱਟਣੇ ਠੀਕ ਹੈ ਓਕੇ ਭਾਈ ਭਾਈ ਬੋਲਦਾ ਨੀ ਭਾਈ ਗੁੱਸੇ ਚ ਬੜਾ ਓਹੋ ਬੜਾ ਕਰਾਰਾ ਕਰਤਾ ਕੰਮ ਚਲੋ 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 ਚੱਲ ਚੱਲ ਜਾ ਜਾ ਤੁਰ ਜਾ ਤੁਰ ਜਾ ਵੀ ਬਣਾਣਾ ਖਾਣੇ ਕੋ ਕਿਹਾ ਹੈ ਆਪਕੇ ਪਾਸ ਭਾਈ ਖਾਣੇ ਕੋ ਬਲੂਦਾ ਬਣਾ ਦੋ ਬਲੂਦਾ ਹੀ ਬਣੀ ਕਿੰਨੇ ਬਣਾਣਾ ਦੋ ਬਣਾ ਦੇ ਇੱਕ ਬਣਾ ਦੇ ਪਹਿਲਾਂ ਫਿਰ ਵੇਖਣਾ ਠੀਕ ਹੈ ਸਾਰਾ ਕੁਝ ਜ਼ਿਆਦਾ ਖਾਏਂਗੇ ਨਾ ਫਿਰ ਅੱਗੇ ਵਾਲੀ ਚੀਜ਼ੇ ਰਹਿ ਜਾਏਗੀ ਥੋੜਾ ਖਾਤੇ ਜਾਣਾ ਥੋੜਾ ਥੋੜਾ ਖਾਵਾਂਗੇ ਨਾ ਥੋੜਾ ਥੋੜਾ ਓਕੇ ਦਾਮ ਮਤ ਦੇਣਾ ਦੋਵੇਂ ਜਾਣੇ ਦੇ ਉਧਰੇ ਮੈਨੂੰ ਹੋਰ ਕਿਉਂ ਸੁਣ ਗਿਆ ਜੀ ਕਰਦਾ ਰੁਕੀ ਜਾਈਏ ਢਿੱਡ ਭਰਦਾ ਤਾਂ ਇਹ ਕਿ ਥੋੜਾ ਥੋੜਾ ਖਾਂਦੇ ਅਸੀਂ ਇਹ ਹਰ ਇੱਕ ਚੀਜ਼ ਟੇਸਟ ਕਰਾਂਗੇ ਇਹ ਦੇਖੋ ਭਾਜੀ ਫਿਰ ਵਿੱਚ ਖਾਣੀ ਲੱਗੀ ਦਰ ਵਾਲੀ ਸਵਾਦ ਲੱਗੀ ਫੜੇ ਗਏ ਫੜੇ ਗਏ ਰੋਟੀ ਪੱਕਣ ਲਈ ਆ ਰੋਟੀ ਖਾਣੀ ਕਰਾਂ ਮੇਰਾ ਪਨੀਰ ਦੀ ਸਬਜ਼ੀ ਆਲੂ ਪੇਠਾ ਚਾਵਲ ਨੌ ਲੱਗੇ ਸਾਲੇ ਨਾ ਦੱਸ ਭੁੱਖ ਲੱਗੀ ਜਾਂਦੀ ਭਾਈ ਕਿੱਥੇ ਹੋਗੇ ਖਾਓ ਤੁਹਾਨੂੰ ਦਾ ਚਲੋ ਖਾਣੇ ਫਿਰ ਦਾ ਭਾਈ ਚਮਚ ਦੇਣਾ ਦੋ ਹੋਰ ਨਹੀਂ ਦੋ ਤਿੰਨ ਬੰਦੋ ਵੀ ਫੇਮਸ ਹੈ ਅੱਗੇ ਖਾਏਂਗੇ ਦੁਬਾਰਾ ਕਿੱਦਾਂ ਬਣੀ ਗੁਰੀਰ ਕੈਟ ਲੱਗੀ ਓਨੀ ਮਿੱਠੀ ਨੀ ਗੜੀ ਇੰਨੀ ਘੈਂਟ ਬਣੀ ਨਾ ਇੱਕ ਚਮਚ ਹੋਰ ਆਉਣ ਦੋ ਬਚ ਗਿਆ ਫੇਰ ਤੂੰ ਨਹੀਂ ਤੂੰ ਕੋਈ ਨਾ ਸਾਡੇ ਦਾ ਧੱਕਾ ਗਿਆ ਯਾਰ ਤੁਹਾਡੀ ਸਮਾਨ ਤੁਹਾਡਾ ਪਹਿਲਾਂ ਆ ਗਿਆ ਤੇ ਖੁਸ਼ਬੂ ਇਤਨੀ ਆ ਰਹੀ ਭੂਖ ਲੱਗ ਰਹੀ ਹੈ ਹੈ ਉਹ ਪੈਰ ਸਭਾ ਆਪਾਂ ਰਹਿ ਗਏ ਦੋਵੇਂ ਜਣੇ ਯਾਰ ਤੇ ਆਪਣਾ ਖਾਲੀ ਯਾਰ ਲਿਆ ਕੇ ਦੋ ਛੇਤੀ ਪੈਰਸ ਜੀ ਰੁਕਾ ਨਹੀਂ ਜਦੋਂ ਮੈਂ ਕਰ ਰਿਹਾ ਸ਼ੁਰੂ ਤੇਲ ਜ਼ਿਆਦਾ ਨਹੀਂ ਆ ਕੋਈ ਨਹੀਂ ਕਿ ਚੱਲਣ ਦੀ ਅੱਜ ਜੀਡੀ ਚਲੋ ਬਈ ਬਸ ਬਸ ਭਾਈ ਬਸ ਇਹਦੇ ਟਿੱਚਰ ਹੋ ਗਈ ਉਹ ਹੁਣ ਮੈਨੂੰ ਇਹ ਦੱਸੋ ਕਿ ਦੋਵਾਂ ਦੇ ਵਿੱਚ ਲੇਡੀ ਦੇ ਬਾਥਰੂਮ ਚ ਕੌਣ ਵੜਿਆ ਸੀ ਆਪਾਂ ਚੁੱਪੀ ਕਿਹੜੇ ਪਾਸੇ ਲਾਉਣੀ ਆ ਬਾਈ ਇਧਰ ਸਾਰਾ ਏਰੀਆ ਭਾਜੀ ਹਰ ਕੀ ਫੋੜੀ ਇੱਥੇ ਇਹ ਪਰਲੇ ਪਾਸੇ ਲਾਉਣੀ ਆ ਮੈਂ ਉਹ ਅਗਲੇ ਪਾਸੇ ਉਧਰ ਹਾਂ ਉਧਰ ਮਣਾ ਆ ਨਹੀਂ ਦੇਖ ਲਓ ਆਪ ਜਾ ਸਕਦੇ ਹੋ ਆਇਆ ਮੈਂ ਚੱਲ ਜਣਾ ਮੈਂ ਪੱਖੋਂ ਕਹਿ ਲਈ ਆ ਚ ਬਹੁਤ ਨਾ ਪਾਇਆ ਭਾਜੀ ਇਹ ਨਹਿਰ ਨਹੀਂ ਹੈ ਦੇਖ ਤੋ ਰੋ ਆ ਤੇ ਸਾਡੀ ਪੱਖ ਗਣੀ ਮੈਂ ਇਹ ਰਗੀ ਚਲੀ ਹੁਣ ਤੇ ਅੱਜ ਵੀ ਪਾਣੀ ਸੁੱਕਾ ਪਿਆ ਵਿਚਾਰੀ ਚ ਅੱਛਾ ਲੈ ਚਲੋ
ਤਸੱਲੀਆਂ ਤੇ ਉਦੋਂ ਹੋਣੀਆਂ, ਹੁਣ ਤੇ ਬੜੇ ਚਾਲਾ ਜਾਣ ਡੇ ਠੰਡੇ ਪਾਣੀ ਚ ਵੜੇ ਨਾ। ਵੇਖੀ ਬੰਦਾ ਕਿੱਦਾਂ ਸਰਪੰਚ ਹੋਣਾ ਬੁੜਕ ਬੁੜਕ ਬਾਹਰ ਨੂੰ ਆਉਣਾ ਵੇਖੀ। ਇੱਥੇ ਕਿ ਨਾ ਲੈਂਦੇ ਯਾਰ, ਚਲੋ ਚੱਲਦੇ ਆ, ਠੰਡ ਲੱਗੀ ਜਾਂਦੀ, ਹੌਲੀ ਹੌਲੀ ਕੱਪੜੇ ਲਾਉਣ ਡੇ। ਓਹੋ ਲਵਾ ਕੇ ਲਿਆ, ਦੋਰੇ ਧੋਣਾ ਪੈ ਲਿਆ, ਇਹਦਾ ਨਾਤੇ ਤੇ ਨਹੀਂ ਸੀ ਜੀ। ਅੱਜ ਨਾ ਚਲੋ ਅੱਜ ਫੇਰ ਗੁਰੀ ਉਹ ਕੰਮ ਕਰਨਾ ਪੈਣਾ, ਤੌੜੀ ਦੇ ਬਿਨਾਂ ਕਸ਼ਾ ਬਾਲਣਾ ਪੈਣਾ ਮੈਨੂੰ। ਨਹੀਂ ਬਾਜ ਨਾ ਪਾਣੀ ਜਾ ਕੇ ਲਾਉਣੀ ਪੈਣੀ ਆ। ਸੱਚੀ ਗਿਆਰਾਂ ਚੁੱਪੀਆਂ ਮਾਰਨੀਆਂ, ਝੂਠ ਨਾ ਬੋਲੀ ਕੋਈ। ਨਹੀਂ ਨਹੀਂ, ਪੰਜ ਸੱਤ ਗਿਆਰਾਂ ਐਸੇ ਉੱਤਰ, ਪੰਜ ਜਾਂ ਸੱਤ ਜਾਂ ਗਿਆਰਾਂ, ਸਿਰ ਵੀ ਟਪਾਉਣਾ ਸਾਰਾ ਸਾਰਾ ਥੱਲੇ ਤੱਕ ਪੂਰੀ ਪੂਰੀ। ਫਿਰ ਬਣਾਈ ਸਲੋ ਮੋਸ਼ਨ, ਮੈਂ ਫਿਲਮਾਂ ਵਾਲੇ ਸਟਾਈਲ ਨਾਲ ਬਾਹਰ ਨਿਕਲਣਾ ਬੜਾ ਯਾਰ, ਠੰਡ ਤੇ ਲਵਾਉਣੀ ਲਵਾਉਣੀ ਤਾਂ ਯਾਰ। ਰੁਮਾਲ ਕਿੱਥੋਂ ਬੰਨ ਲਿਆ ਉੱਤੇ ਰੁਮਾਲ, ਪਤਾ ਕਿਉਂ ਬੰਨਿਆ? ਵਿਗ ਲੱਗੀ ਵਾਲ ਨਾਲ ਤੇਰੇ ਤਾਂ ਤਰਦੇ ਫਿਰਨੇ ਉੱਤੇ ਉੱਤੇ, ਮੈਨੂੰ ਤਾਂ ਪਤਾ ਨਹੀਂ ਲੋੜ ਨਹੀਂ ਰੁਮਾਲ ਚੱਲੇ ਨਹੀਂ, ਮੈਂ ਚੁੱਪੀ ਲਾ ਕੇ ਬਾਹਰ ਹੋ ਲੱਗਾ। ਚਲੋ ਚਲੋ ਹੋਰ ਠੰਡਾ, ਸੱਚੀ ਪਾਣੀ ਨਾ ਲੱਗਣਾ ਏਕਰਾ ਠੰਡਾ ਨੀ, ਬਹੁਤ ਠੰਡਾ। ਸੱਚੀ ਪੰਜ ਮਾਰ ਰਹੀ ਹੋ? ਹਾਂ ਭਾਈ ਸੱਚ ਵੀ, ਮੈਂ ਬੋਲਿਆ ਨਾ ਪਾਜੀ ਗੱਲ ਥੋੜ੍ਹੀ ਨਾ ਪੈ ਗਿਆ ਯੇ ਹੱਥ ਕੰਬ ਗਿਆ ਮੂੰਹ ਦੇ। ਓ ਭਾਜੀ ਨਹੀਂ, ਅਰੇ ਭਾਈ ਅਬ ਨਹੀਂ ਲੱਗੇਗੀ ਠੰਡ, ਅਬ ਨਹੀਂ ਲੱਗੇਗੀ, ਅਬ ਨਹੀਂ ਲੱਗਤੀ ਠੰਡ, ਇਹ ਯਹੀ ਹੋਤੀ ਹੈ ਮੁਸ਼ਕਿਲ ਬਸ। ਭਾਈ ਇੱਥੇ ਨਾ ਆਉਣਾ ਨਾ ਕਰੋ, ਜਾਓ ਸਿਰ ਨੀ ਡੁੱਬਿਆ। ਦੇਖ ਪੈਚ ਨੂੰ ਕਢਾ ਦੇ ਮਾਮਾ, ਉਹ ਨੇੜੇ ਆਓ ਮਾੜਾ ਜਿਹਾ ਨੇੜੇ ਨੂੰ ਆਓ। ਚਲੋ ਹੁਣ ਸਾਰਾ ਪਿੰਡਾ ਲਾਲ ਹੋ ਗਿਆ, ਬੈਠੋ ਪਿੰਡਾ ਸਾਰਾ ਲਾਲ ਹੋ ਗਿਆ, ਛੇਤੀ ਕਰਾ ਬਾਬੜੀ ਕੰਡੀ ਆ। ਸਹੀ ਗੱਲ ਸੁਣੋ, ਆਪਾਂ ਰਹਿਣ ਲੱਗੇ ਅੱਗੇ ਚਲੇ ਗਏ ਤੇ ਇੱਕ ਚੁੱਪੀ ਵਾਲੀ ਰਹਿ ਗਈ ਬਸ, ਸਿਰ ਹੀ ਡੁੱਬਿਆ ਅੰਦਰ, ਸਿਰ ਨਹੀਂ ਡੁੱਬਿਆ ਪਾਂਚ ਨਹੀਂ। ਆਪਣੀ ਬੱਚੀ ਹੋਰ ਬਹੁਤ ਸਾਰੀ
ਸਮਾਲ ਹੋ ਗਿਆ ਨਾ ਬਹੁਤ ਜ਼ਿਆਦਾ ਇੱਧਰ ਰੱਖ ਲਓ ਨਾਲੇ ਅੱਛਾ ਹੋ ਜਾਂਦਾ ਫਿਰ ਬੋਡੀ ਗਰਮ ਕਰਦੀ ਪਹਿਲਾਂ ਪਹਿਲਾਂ ਠੰਡ ਲੱਗਦੀ ਗੁਰੀ ਵੀ ਇੱਕ ਇੱਕ ਡੁਬਕੀ ਮੇਂ ਠੰਡ ਲੱਗੇਗੀ ਚਲੋ ਕੋਈ ਨਹੀਂ ਬਿਲਕੁਲ ਓਕੇ ਮੈਂ ਸਾਥ ਮਾਰ ਕੇ ਕਰ ਲਓ ਸ਼ਨਾਨ ਕੀ ਗੱਲ ਹੈ ਨਹੀਂ ਮਜ਼ਾ ਨਹੀਂ ਕਰਦਾ ਸੱਚ ਪਹਿਲਾਂ ਨਾ ਪਹਿਲਾਂ ਜਦੋਂ ਵਿੱਚ ਪੈਰ ਦੂਰ ਆਏ ਉਹ ਆਪਣਾ ਫੋਨ ਕੱਟ ਲਵਾ ਗੁਰੀ ਭਾਈ ਸੇ ਪੰਜ ਪੰਜ ਉਬੀਆਂ ਹਾਏ ਇਧਰ ਹੋ ਜਾ ਮਹਾਵੀਰ ਭਾਈ ਮੈਂ ਕਹਿ ਰਹਾ ਹਾਂ ਇਧਰ ਹੋ ਜਾ ਪੰਜ ਉਬੇ ਮਜਾ ਪੰਜ ਪੰਜ ਉੱਥੇ ਡੂੰਗਾ ਬਣਾ ਵਾ ਗੇਰੋ ਗੇਰੋ ਅੰਕਲ ਔਰ ਗੇਰੋ ਥੋੜਾ ਸਿਰ ਕੇ ਚੱਲ ਸਰਪੰਚਾ ਚੱਲ ਸਿਰ ਤੇ ਸਿਰ ਤੇ ਡੂੰਗਾ ਨਹੀਂ ਇਸ ਤਰਫ ਹੋ ਜਾ ਇਸ ਤਰਫ वो देख के कच्चा ऊपर ये बात एक तो चल चल पांच चल 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 पांच 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 चल 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 दो चल चल से पांच चल दो ही यहाँ जे तीन दो और ये तो बहुत कुछ आ जाएगा बैठ दो नीचे चार एक और चल चल एक और चल आ जाओ उतर गया ना ना ऐसे नहीं रहते समान ऐसे तो आ जा भाई थे हाँ इधर है मैं इनको बोल भी रहा था इधर हो जाओ चलो भाई चलो थे मुंडे थे बिठाने क्या थे यार पैर से सौ लगे वो कमरे चली एक कार यार ਸਮਾਰ ਰੱਖੋ ਗੱਡੀ ਦੇ ਕਮਰੇ ਚੱਲੀਏ ਕਰ 10 ਮਿੰਟ ਰੈਸਟ ਕਰੀਏ ਫਿਰ ਬਣਾਉਣੇ ਮਾਹੌਲ ਬਾਹਰ ਦਾ ਠੀਕ ਹੈ ਜੀ ਹਨਾ ਓਕੇ ਜੀ ਜਦੋਂ ਸਰਪੰਚ ਗੁਰੀ ਨੂੰ ਰਾਤ ਨੂੰ ਡਰ ਆਉਂਦਾ ਤਾਂ ਗੁਰੀ ਕਿੱਦਾਂ ਕਰਦਾ ਹੁੰਦਾ ਤਾਂ ਦੱਸੀ ਮੜਾ ਜਾ ਤੂੰ ਦੱਸਾਂ ਹਾਂ ਦੱਸ ਦੇ ਕੋਈ ਨਹੀਂ ਬੰਦੀ ਵੀਡੀਓ ਡਰ ਤੈਨੂੰ ਡਰ ਆਉਂਦਾ ਨਾ ਰਾਤ ਨੂੰ ਗੁਰੀ ਨੂੰ ਆਉਂਦਾ ਨਾ ਗੁਰੀ ਡਰ ਤੈਨੂੰ ਬਹੁਤ ਡਰ ਆਉਂਦਾ ਯਾਰ ਆਉਂਦਾ ਨਾ ਡਰ ਕਿੱਦਾਂ ਕਰਦਾ ਨਾ ਕਿੱਦਾਂ ਮਾਂ ਵੀ ਨਾਲ ਦੇਖਦਾ ਕੀ ਹੁੰਦਾ ਸਾਲਿਆ ਮੈਨੂੰ ਕਿਦੀ ਕਿਹੜਾ ਰਾਤ ਮੇਰੇ ਪਾਸ ਹੁੰਦਾ ਤਾਂ ਕਰਦਾ ਹੁੰਦਾ ਹਾਂ ਇਦਾਂ ਪਿਆਰ ਦਿੰਦਾ ਹਾਂ ਨਹੀਂ ਬਾਅਦ ਹੀ ਕਿਹੜੀ ਕੱਢਦਾ ਹੁੰਦਾ ਹੋਰ ਕਿਹੜੇ ਕਿਹੜੇ ਬੰਦੇ ਨੂੰ ਡਰ ਆਉਂਦਾ ਸੁੱਤੇ ਮੇਰੇ ਨਾਲ ਦੱਸੋ ਯਾਰ ਕਮੈਂਟ ਕਰਕੇ ਦੱਬੇ ਪੈਂਦੇ ਤੈਨੂੰ ਗੁਰੀ ਬਾਹਰ ਹੈਨਾ ਹੋਰ ਕਿਹੜੇ ਵੀਰ ਨੂੰ ਪੈਂਦੇ ਦੱਬੇ ਸਰਪੰਚਾ ਪਿਆ ਤੈਨੂੰ ਕਦੀ ਤੇਰਾ ਭਲਾ ਚਾਹ ਤੈਨੂੰ ਲਾ ਕੇ ਚੱਲ ਜਾਣਾ ਤੇਰੇ ਆਪਣਾ ਪੂਰਾ ਖਿਲਾਣਾ ਸਰਪੰਚ ਨੇ ਉਹ ਚੱਲੀ ਯਾਰ ਚਾਹ ਪੀਏ ਪੈਰਸ ਹੈਂ ਉੱਠੋ ਗੁਰੀ ਸਤਾਦ ਸਾਨੂੰ ਠਾਓ ਨਾ ਫਿਰ ਆ 11 ਵਜਣ ਦੇ ਟਾਈਮ ਟਾਈਮ ਦੱਸ ਦੀ ਕਿੰਨਾ ਟਾਈਮ ਹੋਇਆ 11 ਵਜਣ ਦੇ ਬੰਦੇ ਅੱਡੇ ਤੇ ਚਾਹ ਪੀਣ ਚੱਲੇ ਜੇ ਹੁਣ ਚਲੋ ਚੱਲੀਏ ਯਾਰ ਐਪਲ ਵਾਚ ਛੱਡ ਕੇ ਆਈ ਨਹੀਂ ਭਰਾ ਸਾਡੇ ਕੋ ਐਪਲ ਵਾਚ ਤੋਂ ਤਗੜੀ ਵਾਚ ਆ ਤੇ ਇਹਦਾ ਕੋਈ ਮੁੱਲ ਨਹੀਂ ਆ ਲੱਗ ਜੂ ਪਲਾ ਚ ਹੋ ਚੱਲ ਸਰਪੰਚ ਚੱਲ 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 ਤਗੜੀ ਭੈਣ ਨੂੰ ਕਰਨ ਕੀ ਡਿਆ ਸੀ ਗੁਰੀ ਸਤਾਦ ਹੈ ਗੜਬੜ ਕਰਨ ਡਿਆ ਸੀ ਨਾ ਮਾਮਾ ਲੰਗੂਰ ਜਿਹਾ ਲੱਗਦਾ ਸੀ ਮੇਰੇ ਨੰਗੇ ਪਿੰਡੇ ਉਹ ਕੇਲੇ ਲੈ ਕੇ ਨੀ ਬੈਠੇ ਹੁੰਦੇ ਉਹ ਦਾਦਾ ਨੀ ਤੁਹਾਡਾ ਬੜਾ ਜੇ ਉਹ ਚਲੋ ਚੱਲੀ ਯਾਰ ਚਾਹ ਪੀ ਗਈ ਮੈਂ ਤੁਹਾਨੂੰ ਦੱਸਣ ਡਿਆ ਚਲੋ ਚੱਲੀਏ ਸਨੀ ਵੀਰ ਚਾਹ ਪੀ ਗਈ ਚਲੋ ਚੱਲੀਏ ਯਾਰ ਉੱਠੋ ਤਾਂ ਬੜੇ ਚਿਰ ਦਾ ਉਠਾਉਣ ਡਿਆ ਮੈਂ ਉਹ ਕਹਿੰਦੇ ਨਾ ਕਿ ਮੁੰਡੇ
ਕੁੱਲਣ ਵਾਲੀ ਚਾਹ ਪੀਣ ਗਿੱਜ ਗਿਆ ਤੇ ਜਿੱਥੇ ਮਰਜ਼ੀ ਹੁਣ ਕੁੱਲਣ ਵਾਲੀ ਚਾਹ ਲੱਭ ਹੀ ਲੈਂਦੇ ਆ ਕੁੱਲੜੀ ਆ ਗਈ ਹੈ ਤੇ ਕੁੱਲੜੀ ਇਹ ਛੋਟੇ ਆ ਗਲਾਸੀਆਂ ਦੀ ਕੁੱਲੜੀ ਕਹਿੰਦੇ ਆ ਅਸੀਂ ਚੰਡੀਗੜ੍ਹ ਕੁੱਲਰ ਰੱਖੇ ਆ ਤਾਂ ਅਜੇ ਕੁੱਲੜੀਆਂ ਲੱਭੀਆਂ ਇੱਥੇ ਆ ਗਏ ਪੈਰ ਸਭਾ ਤੇਰੀ ਕਿੱਥੇ ਆ ਕੁੱਲੜੀ ਤੇਰੀ ਤੇਰੀ ਕੁੱਲੜੀ ਕਿੱਥੇ ਆ ਆਹ ਪੈਰ ਸਭਾ ਦੀ ਕੁੱਲੜੀ ਸਣੀ ਭਾ ਹਟਦੇ ਕਿਤੇ ਹਟਦੇ ਵੇ ਆ ਜੀ ਕੁੱਲੜੀ ਆਪਣੀ ਜਿਹੜੇ ਆਪਣੇ ਮੁਹਾਲੀ ਚੰਡੀਗੜ੍ਹ ਮਿਲਦੀ ਆ ਕੁੱਲੜ ਹੁੰਦੇ ਆ ਚੱਲ ਭਾਈ ਚੱਲ 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 ਉਹ ਕਿੱਥੇ ਜਾਣਾ ਦੱਸੋ ਪਹਿਲਾਂ ਬਤਾ ਦਿਆ ਵਾ ਲੋ ਬਈ ਅੱਧੀ ਰਾਤ ਬੰਦੇ ਲੈ ਕੇ ਆਏ ਆ ਮੈਂ ਵੀ ਹੁਣ ਟਾਈਮ ਦੱਸਿਆ ਕਰਨਾ 12 ਵੱਜ ਗਏ ਆ ਰਹਿ ਗਿਆ 10 ਮਿੰਟ ਕੀ ਆਂਦਾ ਏ ਸਰਪੰਚ ਸ਼ਤਾਨ ਹੋ ਗਿਆ ਹੈ ਆਪਣੇ ਰਹਿ ਰਹਿ ਕੇ ਚਲਾਕ ਹੋ ਗਿਆ ਸਰਪੰਚਾ ਤੂੰ ਦੱਸਦਾ ਨੀ ਆ ਖਾ ਕੇ ਜਾਣੀ ਆਪਾਂ ਚਲੋ ਆ ਜਾਓ ਲੱਸੀ ਪੀ ਕੇ ਆਈਸਕ੍ਰੀਮ ਖਾ ਕੇ ਲੀੜਾ ਮਾਰ ਕੇ ਕਿੱਦਾਂ ਤੁਰਿਆ ਜਿਹੜੀ ਵੀ ਆ ਤੱਲੀ ਕਰਤੇ ਪੈਰ ਸਵਾ ਖਵਾ ਖਵਾ ਗਿਆ ਕਿਤੋਂ ਸੌਂ ਲੱਗੇ ਹੋਟਲ ਪਜਾ ਦੇ ਮਿੰਟੋ ਮਿੰਟ ਹੀ ਬਸ ਹੁਣ ਵਿਕਰਮ ਆਪਣਾ ਕੋਈ ਸੱਜਣ ਸੀ ਤੇ ਉਹ ਪੰਜਾਬ ਚੋਂ ਗਿਆ ਤੇ ਉਹਦੀ ਸਹੇਲੀ ਰਿਸ਼ੀਕੇਸ਼ ਉੱਥੇ ਰਹਿੰਦੀ ਸੀ ਤੇ ਉਹਦੀ ਸਹੇਲੀ ਕਹਿੰਦੀ ਕਿ ਮੈਂ ਨਾ ਵੇਟ ਕਰਨ ਦੀ ਵਿਕਰਮ ਦੀ ਵਿਕਰਮ ਨਾਲ ਆਉਂਦੀ ਮੈਂ ਵਿਕਰਮ ਤੇ ਆਉਂਦੀ ਮੈਂ ਉਹ ਮੁੰਡਾ ਸੀ ਪੰਜਾਬੀ ਆਉਂਦਾ ਭੈਣ ਵਿਕਰਮ ਘੁੰਮਣ ਦਾ ਕਦਨ ਕੁਦਨ ਹੋਊਗਾ ਪਰ ਇਹਨੇ ਸੋਚਿਆ ਯਾਰ ਕਦਨ ਨਾਲ ਥੋੜੀ ਆਊਗੀ ਲੈ ਵੀ ਡੀਕ ਡੂਕ ਜੋ 15-20 ਮਿੰਟਾਂ ਬਾਅਦ ਆਈ ਤੇ ਉਹ ਸਾਡੇ ਉੱਥੇ ਆਟੋ ਨੂੰ ਵਿਕਰਮ ਕਹਿੰਦੇ ਆ ਉਹ ਜਦੋਂ ਆ ਗਈ ਉੱਥੇ ਤੇ ਉਹਨੇ ਪੁੱਛਿਆ ਕਹਿੰਦਾ ਵਿਕਰਮ ਕਿੱਥੇ ਆ ਉਹ ਕਹਿੰਦੀ ਕਹਿੰਦੀ ਇਹੋ ਵਿਕਰਮ ਆ ਕਹਿੰਦੀ ਸਾਡੇ ਵਿਕਰਮ ਕਹਿੰਦੇ ਇਹਨੂੰ ਉਹਦੇ ਗੁਰੂਆ ਨਾਲ ਦੇ ਭੈਣ ਜੋ ਸੰਘ ਚ ਆਏ ਰਹੇ ਹੋਣੇ ਕਿ ਭੈਣ ਵਿਕਰਮ ਪਤਾ ਨੀ ਕਿਹੜਾ ਨਾਲ ਛੁੱਟੀ ਹੋਣਡੀ ਆ ਰੁਕੀ ਭਾਈ ਲੈ ਜਾ ਭਰਾਵਾ ਇਹਨੂੰ ਥੱਕ ਜਾਣਾ ਉਤਰ ਕੇ ਨਹੀਂ ਨਹੀਂ ਆਟੋ ਜਾਣਾ ਯਾਰ ਚਲੀ ਛੇਤੀ ਥੱਕ ਗਿਆ ਯਾਰ ਮੈਂ ਮੈਨੂੰ